ਅੱਜ ਦੀ ਪੌਡਕਾਸਟ ਦੇ ਵਿੱਚ ਸਾਰੇ ਹੀ ਦੋਸਤਾਂ ਦਾ ਨਿੱਘਾ ਸਵਾਗਤ ਅਤੇ ਅਦਵ ਸਤਿਕਾਰ ਨਾਲ ਸਤਸ੍ਰੀਕਾਲ ਸੋ ਤੁਸੀਂ ਦੋਸਤੋ ਇਸ ਚੈਨਲ ਤੇ ਵੱਖੋ ਵੱਖਰੇ ਵਿਸ਼ਿਆਂ ਤੇ ਗੱਲਬਾਤ ਸੁਣਦੇ ਰਹਿੰਦੇ ਹੋ ਸੋ ਜਿੱਥੇ ਅਸੀਂ ਤੁਹਾਡੇ ਲਈ ਇਹ ਪੌਡਕਾਸਟ ਚੈਨਲ ਲੈ ਕੇ ਹਾਜ਼ਰ ਹੁੰਦੇ ਆ ਤਾਂ ਉੱਥੇ ਅਸੀਂ ਤੁਹਾਡੇ ਨਾਲ ਜਿੱਥੇ ਟਰੈਵਲ ਵੀਡੀਓ ਸਾਂਝੀਆਂ ਕਰਦੇ ਹਾਂ ਤਾਂ ਹੋਰ ਜਿਹੜੇ ਜ਼ਿੰਦਗੀ ਦੇ ਵੱਖੋ ਵੱਖਰੇ ਵਿਸ਼ੇ ਨੇ ਉਹਨਾਂ ਤੇ ਵੀ ਅੱਫਾ ਗੱਲਬਾਤ ਕਰਦੇ ਹਾਂ ਹੁਣ ਮੇਰਾ ਜਿਹੜਾ ਮਾਈਂਡ ਹੈ ਉਹ ਕੁਝ ਇਸ ਤਰ੍ਹਾਂ ਦਾ ਹੈ ਕਿ ਸਾਡੀ ਜਿਹੜੀ ਕਮਿਊਨਿਟੀ ਹੈ ਕਿਉਂਕਿ ਮੈਂ ਪੰਜਾਬੀ ਭਾਸ਼ਾ ਦੀ ਵਿੱਚ ਪੌਡਕਾਸਟ ਪੇਸ਼ ਕਰਦਾ ਹਾਂ ਤਾਂ ਮੇਰਾ ਜਿਹੜਾ ਸੰਬੰਧ ਹੈ ਉਹ ਲਿਟਰੇਚਰ ਨਾਲ ਹੈ ਸੋ ਜਿਵੇਂ ਦੋਸਤ ਜਾਣਦੇ ਨੇ ਕਿ ਮੈਂ ਬਹੁਤ ਸਾਰੇ ਜਿਹੜੇ ਲੇਖ ਨੇ ਉਹ ਵਿਗਿਆਨ ਸੰਬੰਧੀ ਵੀ ਲਿਖੇ ਨੇ ਤੇ ਜੋ ਭਾਰਤ ਦੇ ਵਿੱਚ ਸ਼ਬਦ ਦੇ ਵੀ ਰਹੇ ਨੇ ਤੇ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਉਲੇਖ ਪੜੇ ਹੋਣਗੇ ਸੋ ਮੇਰਾ ਖਿਆਲ ਹੈ ਕਿ ਸਾਡੀ ਜਿਹੜੀ ਕਮਿਊਨਿਟੀ ਹੈ ਤੋਂ ਇਸ ਨੂੰ ਯੂਨੀਵਰਸ ਬਾਰੇ ਵਿਗਿਆਨ ਬਾਰੇ ਬਹੁਤ ਘੱਟ ਪਤਾ ਹੈ ਤੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਨਹੀਂ ਜਾਣਦੇ ਹੋ ਸਕਦਾ ਤੁਸੀਂ ਜਾਣਦੇ ਹੋ ਹੋ ਮੋ ਲੇਕਿਨ ਜਿਹੜੀ ਗੱਲਬਾਤ ਜਿਹੜੀ ਡਿਸਕਸ਼ਨ ਹੈ ਉਹਦੇ ਵਿੱਚ ਉਹ ਜਿਹੜੀਆਂ ਗੱਲਾਂ ਨੇ ਉਹ ਨਿਕਲਦੀਆਂ ਨੇ ਸੋ ਦੋਸਤੋ ਆਪਾਂ ਯੂਨੀਵਰਸ ਜੀ ਨੂੰ ਆਪਾਂ ਕਹਿੰਦੇ ਹਾਂ ਬ੍ਰਹਿਮੰਡ ਜੋ ਸਾਡੇ ਆਲੇ ਦੁਆਲੇ ਫੈਲਿਆ ਹੋਇਆ ਹੈ ਤੇ ਇਹਦੇ ਵਿੱਚ ਜਿਹੜੀ ਸਾਡੀ ਧਰਤੀ ਹੈ ਉਹ ਸੌਰ ਮੰਡਲ ਦਾ ਇੱਕ ਛੋਟਾ ਜਿਹਾ ਗ੍ਰਹਿ ਹੈ ਤੇ ਜੇ ਆਪਾਂ ਸੂਰਜ ਤੋਂ ਚੱਲੀਏ ਤਾਂ ਪਹਿਲਾਂ ਜਿਹੜਾ ਹੈਗਾ ਉਹ ਮਰਕਰੀ ਆਉਂਦਾ ਹੈ ਮਰਕਰੀ ਤੋਂ ਬਾਅਦ ਵੀਨਸ ਹੈ ਤੇ ਵੀਨਸ ਤੋਂ ਬਾਅਦ ਸਾਡੀ ਧਰਤੀ ਹੈ ਸਾਡੀ ਧਰਤੀ ਤੋਂ ਜੇ ਆਪਾਂ ਅੱਗੇ ਨੂੰ ਚੱਲੀਏ ਤਾਂ ਮੰਗਲ ਹੈ ਬ੍ਰਹਸਪਤੀ ਹੈ ਸੋ ਇਸ ਤਰ੍ਹਾਂ ਜਿਹੜੇ ਹਨ ਨੌਂ ਗ੍ਰਹਿ ਉਹ ਸਾਡੇ ਇਸ ਯੂਨੀਵਰਸ ਦੇ ਵਿੱਚ ਇੱਕ ਛੋਟਾ ਜਿਹਾ ਏਰੀਆ ਉਹਨਾਂ ਨੇ ਘੇਰਿਆ ਹੋਇਆ ਹੈ ਤੇ ਜਿਹੜੀ ਸਾਡੀ ਮਿਲਕੀ ਵੇ ਗੈਲੈਕਸੀ ਆ ਤਾਂ ਉਹਦੇ ਵਿੱਚ ਆਪਾਂ ਸਥਿਤ ਹਾਂ ਮਿਲਕੀ ਵੇ ਗੈਲੈਕਸੀ ਦੇ ਵਿੱਚ ਸਾਡਾ ਜਿਹੜਾ ਸੌਰ ਮੰਡਲ ਹੈ ਸੋ ਮਿਲਕੀ ਵੇ ਜਿਹੜੀ ਗੈਲੈਕਸੀ ਹੈ ਤੇ ਇਹ 1 ਲੱਖ ਪ੍ਰਕਾਸ਼ਵਰੇ ਦੇ ਵਿੱਚ ਫੈਲੀ ਹੋਈ ਹੈ ਤੇ ਕਹਿੰਦੇ ਨੇ ਕਿ ਇਸ ਯੂਨੀਵਰਸ ਦੇ ਵਿੱਚ ਅਹ ਜੀਆਂ ਲੱਖਾਂ ਕਰੋੜਾਂ ਗੈਲੈਕਸੀਆਂ ਨੇ ਜਿਹੜੀਆਂ ਉਹ ਉਡੀਆਂ ਫਿਰਦੀਆਂ ਨੇ ਤੋ ਤੁਸੀਂ ਆਪ ਹੀ ਸੋਚ ਲਓ ਕਿ ਯੂਨੀਵਰਸਾ ਜੋ ਕਿੰਨਾ ਵੱਡਾ ਹੋਵੇਗਾ ਸੋ 93 ਅਰਬ ਸਾਲ ਤੁਹਾਨੂੰ ਲੱਗ ਸਕਦੇ ਨੇ ਜੇ ਤੁਸੀਂ ਇਸ ਯੂਨੀਵਰਸ ਦੇ ਵਿੱਚ ਇਹ ਸਿਰਫ ਉਹੀ ਹੈ ਜਿੱਥੇ ਤੱਕ ਦੇਖਿਆ ਜਾ ਸਕਦਾ ਸੋ ਵਿਗਿਆਨੀਆਂ ਦਾ ਅੰਦਾਜ਼ਾ ਇੱਥੇ ਤੱਕ ਹੀ ਹੈ ਜਿੱਥੋਂ ਤੱਕ ਆਪਾਂ ਇਸ ਨੂੰ ਵੇਖ ਸਕਦੇ ਹਾਂ ਸੋ ਵਿਗਿਆਨੀ ਵੱਖੋ-ਵੱਖਰੀਆਂ ਜਿਹੜੀਆਂ ਪਰਤਾਂ ਜਾਣ ਕੇ ਜਿਹੜਾ ਬਲੈਕ ਮੈਟਰ ਹੈ ਜਾਂ ਜਿਹੜੀ ਸਪੀਡ ਨਾਲ ਜਿਹੜਾ ਯੂਨੀਵਰਸ ਫੈਲ ਰਿਹਾ ਸੋ ਕਹਿੰਦੇ ਨੇ ਕਿ ਲੰਬਾ ਟਾਈਮ ਪਹਿਲਾਂ ਕਿੰਨਾ ਚਿਰ ਪਹਿਲਾਂ ਤੇ ਇਹ ਹੈਗਾ 13 ਅਰਬ 8 ਕਰੋੜ ਸਾਲ ਪਹਿਲਾਂ ਕਹਿੰਦੇ ਨੇ ਕਿ ਇੱਕ ਬਹੁਤ ਵੱਡਾ ਧਮਾਕਾ ਹੋਇਆ ਸੀਗਾ ਤਾਂ ਉਹ ਜਿਹੜਾ ਧਮਾਕਾ ਹੋਇਆ ਤੇ ਉਹਦੇ ਨਾਲ ਜਿਹੜਾ એનર્ਜੀ ਸੀਗੀ ਉਹ ਫੈਲਣਾ ਸ਼ੁਰੂ ਹੋਈ ਫੈਲਣਾ ਸ਼ੁਰੂ ਹੋਈ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਗੈਸਾਂ ਸੀਗੀਆਂ ਤੋ ਤਾਂ ਤਾਪਮਾਨ ਜਿਹੜਾ ਬਹੁਤ ਜ਼ਿਆਦਾ ਹਾਈ ਸੀ ਤੇ ਹੌਲੀ-ਹੌਲੀ ਜਿਹੜਾ ਹੈਗਾ ਉਹ ਤਾਪਮਾਨ ਘਟਣਾ ਸ਼ੁਰੂ ਹੋਇਆ ਡਿਗਣਾ ਸ਼ੁਰੂ ਹੋਇਆ ਤਾਂ ਫਿਰ ਉਹ ਜਿਹੜੀਆਂ ਗੈਸਾਂ ਸੀ ਉਹ ਕੰਪਰੈਸ ਹੋਣੀਆਂ ਸ਼ੁਰੂ ਹੋ ਗਈਆਂ ਉਹ ਜਿਹੜੀ ਕਹ ਲੋ ਧੂੜ ਮਿੱਟੀ ਸੀ ਹੌਲੀ-ਹੌਲੀ ਹੌਲੀ-ਹੌਲੀ ਉਹ ਜੁੜਦੀ ਗਈ ਤੇ ਜੁੜਦੀ ਗਈ ਤਾਂ ਜਿਹੜੀਆਂ ਸਾਡੀਆਂ ਗੈਲੈਕਸੀਆਂ ਨੇ ਉਹ ਫਾਰਮ ਹੋਈਆਂ ਤਾਰੇ ਬਣੇ ਜਾਂ ਫਿਰ ਸਾਡੇ ਜਿਹਦੇ ਵਿੱਚ ਅਸੀਂ ਆ ਧਰਤੀ ਇਹ ਬਣੀ ਕਹਿੰਦੇ ਨੇ ਕਿ ਪਹਿਲਾਂ ਇੱਕ ਅੱਗ ਦਾ ਗੋਲਾ ਸੀ ਤੋ ਜਿਹੜੇ ਸਾਡੇ ਤਾਰੇ ਅਸੀਂ ਕਹਿੰਦੇ ਆ ਤੇ ਇਹ ਲਗਭਗ ਜਦੋਂ ਬਿਗ ਬੈਂਗ ਹੋਇਆ ਜਦੋਂ ਮਹਾਤਮਾਕਾ ਹੋਇਆ ਜਿਹੜੇ ਤਾਰੇ ਨੇ ਸਾਡੇ ਉਹ ਜਿਹੜੇ ਹੋਂਦ ਵਿੱਚ ਆਏ ਕੋਈ 30 ਕਰੋੜ ਸਾਲ ਬਾਅਦ ਮਾਫ ਕਰਨਾ 30 ਕਰੋੜ ਸਾਲ ਬਾਅਦ ਜਿਹੜੇ ਤਾਰੇ ਸੀ ਉਹ ਹੋਂਦ ਦੇ ਵਿੱਚ ਆਏ ਤੇ ਦੋਸਤੋ ਇਹ ਵੀ ਕਹਿੰਦੇ ਨੇ ਕਿ ਜਿਹੜਾ ਯੂਨੀਵਰਸ ਹੈ ਤੇ ਇਹ ਜਿੰਨਾ ਫੈਲਿਆ ਹੈ ਤੇ ਇਹ ਕਿਸੇ ਹੱਦ ਤੇ ਜਾ ਕੇ ਰੁਕ ਜਾ ਪੇਗਾ ਕਿ ਸਾਰੀਆਂ ਚੀਜ਼ਾਂ ਦਾ ਜਿਹੜਾ ਵਿਨਾਸ਼ ਹੈ ਉਹ ਲਿਖਿਆ ਹੋਇਆ ਕਿ ਜਿਹੜੀ ਚੀਜ਼ ਜੰਮਦੀ ਹੈ ਉਸਨੇ ਇੱਕ ਦਿਨ ਮਰ ਜਾਣਾ ਹੈ ਸੋ ਸਾਡੇ ਯੂਨੀਵਰਸ ਦੇ ਵਿੱਚ ਜਿਹੜਾ ਬਲੈਕ ਮੈਟਰ ਹੈ ਬਹੁਤ ਜ਼ਿਆਦਾ ਬਲੈਕ ਮੈਟਰ ਕੀ ਹੈ ਕਿਸਮ ਦੀ એનર્ਜੀ ਹੈ ਤਾਂ ਹੌਲੀ-ਹੌਲੀ ਜਿਹੜਾ ਇਹ ਯੂਨੀਵਰਸ ਹੈ ਸੁਗੜਨਾ ਸ਼ੁਰੂ ਹੋ ਜਾਊਗਾ ਤੇ ਉਹਨੂੰ ਆਪਾਂ ਬਿਗ ਕ੍ਰਾਂਚ ਕਹਿੰਦੇ ਹਾਂ ਜਿੱਦਾਂ ਆਪਾਂ ਬਿਗ ਬੈਂਗ ਕਹਿੰਦੇ ਆ ਨਾ ਉਹ ਸੁਗੜਨਾ ਸ਼ੁਰੂ ਹੋ ਜਾਣਾ ਹੈ ਮਤਲਬ ਜਿੱਦਾਂ ਗੁਬਾਰਾ ਹੈਗਾ ਗੋਬਾਰੇ ਦੇ ਵਿੱਚ ਤੁਸੀਂ ਹਵਾ ਭਰਦੇ ਹੋ ਤਾਂ ਉਹ ਕਿਸ ਹੱਦ ਤੱਕ ਹੀ ਫੈਲਦਾ ਹੈ ਤੇ ਇੱਕ ਜਗ੍ਹਾ ਆ ਕੇ ਉਹਦੇ ਵਿੱਚ ਧਮਾਕਾ ਹੋ ਜਾਂਦਾ ਹੈ ਇਹ ਧਮਾਕਾ ਤਾਂ ਨਹੀਂ ਹੋਵੇਗਾ ਲੇਕਿਨ ਜਦੋਂ ਜਿਹੜੀ ਉਹ ਫੋਰਸ ਉਸ ਨੂੰ ਬਾਹਰ ਨੂੰ ਧੱਕ ਰਹੀ ਹੈ ਜਿਹਨੂੰ ਆਪਾਂ ਬਲੈਕ ਮੈਟਰ ਕਹਿੰਦੇ ਆ ਤਾਂ ਉਹ ਜਦੋਂ ਫੋਰਸ ਜਿਹੜੀ ਇੰਨੀ ਸ਼੍ਰੈਡ ਹੋ ਗਈ ਜਾਂ ਕਹੇ ਲਓ ਇੰਨੀ ਉਹਦੀ ਤਾਕਤ ਹੈ ਜਿਹੜੀ ਘਟ ਗਈ ਤੇ ਫਿਰ ਇਹ ਜਿਹੜਾ ਅੰਦਰ ਨੂੰ ਸੁਗੜਨਾ ਸ਼ੁਰੂ ਹੋ ਜਾਊਗਾ ਤੇ ਜਿਉਂ-ਜਿਉਂ ਇਹ ਅੰਦਰ ਨੂੰ ਜਾਂਦਾ ਜਾਵੇਗਾ ਤੇ ਜਿਹੜਾ ਜਿਹੜਾ ਕੰਪਰੈਸ ਜਿਹੜੀਆਂ ਗੈਸਾਂ ਨੇ ਉਹ ਕੰਪਰੈਸ ਹੁੰਦੀਆਂ ਚੱਲੀਆਂ ਜਾਣਗੀਆਂ ਤੇ ਉਹ ਫਿਰ ਹੌਲੀ 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 ਇੱਕ ਬਿੰਦੂ ਤੇ ਆ ਕੇ ਇਕੱਠਾ ਹੋ ਜੂਗਾ ਤਾਂ ਮੈਂ ਆਪਣੇ ਆਰਟੀਕਲ ਦੇ ਵਿੱਚ ਵੀ ਲਿਖਿਆ ਸੀ ਤਾਂ ਇਹ ਜਿਹੜਾ ਬਿੰਦੂ ਹੈਗਾ ਇਹ ਮਟਰ ਦੇ ਦਾਣੇ ਜਿੰਨਾ ਰਹਿ ਜਾਂਦਾ ਹੈ ਦੀ ਘਣਤਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਹਦੇ ਵਿੱਚ ਜੇ ਧਮਾਕਾ ਹੋ ਜੂਵੇ ਤਾਂ ਬਹੁਤ ਵੱਡਾ ਧਮਾਕਾ ਹੁੰਦਾ ਹੈ ਸੋ ਇਹ ਹੀ ਕੁਦਰਤ ਦਾ ਇੱਕ ਦਿਨ ਹੈ ਸੋ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕ ਦਿਨ ਆਏ ਤੇ ਕਿੰਨੇ ਕ ਦਿਨ ਗਏ ਸੋ ਆਪਾਂ ਇਸ ਯੂਨੀਵਰਸ ਦੇ ਵਿੱਚ ਆਪਣੀ ਔਕਾਤ ਕੀ ਹੈ ਆਪਣੀ ਹੋਂਦ ਕੀ ਹੈ ਤੋਂ ਆਪਾਂ ਇਹ ਜਾਣ ਸਕਦੇ ਹਾਂ ਤੋਂ ਅਸੀਂ ਕਈ ਵਾਰ ਆਪਣਾ ਕਹਿੰਨੇ ਆ ਕਿ ਅਸੀਂ ਆ ਦੇਖੋ ਕਿੰਡਾ ਵੱਡਾ ਘਰ ਲੈ ਲਿਆ ਜਾਂ ਕਿੰਨੀ ਸੋਹਣੀ ਕਾਰ ਲੈ ਲਈ ਲੇਕਿਨ ਦੋਸਤੋ ਅਸੀਂ ਬਹੁਤ ਛੋਟੇ ਹਾਂ ਕਿਣਕੇ ਸਮਾਨ ਬਨੇ ਕਿਣਕੇ ਸਮਾਨ ਸਾਡੀ ਧਰਤੀ ਵੀ ਨਹੀਂ ਤੋਂ ਜੇ ਆਪਾਂ ਧਰਤੀ ਤੋਂ ਟਰੈਵਲ ਕਰਨਾ ਹੋਵੇ ਤਾਂ ਚੰਦਰਮਾ ਤੇ ਜਾ ਕੇ ਜਿਹੜੀ ਧਰਤੀ ਆ ਉਹ ਤੁਹਾਨੂੰ ਪਤਾ ਹੈ ਕਿ ਇੱਕ ਫੁੱਟਬਾਲ ਜਿੰਨੀ ਜਿਨੀ ਨਜ਼ਰ ਆਉਂਦੀ ਹੈ ਚੰਦਰਮਾ ਜਿਹੜਾ ਕਿ ਸਾਰਾ 390000 ਕਿਲੋਮੀਟਰ ਹੈ ਧਰਤੀ ਤੋਂ ਤੇ ਜੇ ਆਪਾਂ ਉਦੋਂ ਅੱਗੇ ਨੂੰ ਜਾਈਏ ਤਾਂ ਧਰਤੀ ਹੈ ਜਿਹੜੀ ਉਹ ਬਿਲਕੁਲ ਦਿਖਣੋਂ ਹਟ ਜਾਂਦੀ ਹੈ ਤੇ ਜੇ ਆਪਾਂ ਜੂਪੀਟਰ ਤੇ ਚਲੇ ਜਾਈਏ ਤਾਂ ਮੇਰਾ ਖਿਆਲ ਨਹੀਂ ਧਰਤੀ ਨਜ਼ਰ ਆਵੇਗੀ ਸੋ ਜੇ ਅਸੀਂ ਉਦੋਂ ਅੱਗੇ ਚਲੇ ਜਾਈਏ ਹੋ ਸਕਦਾ ਫਿਰ ਜੂਪੀਟਰ ਵਗੈਰਾ ਜਿਹੜੇ ਉਹ ਵੀ ਨਾ ਨਜ਼ਰ ਆਉਣ ਜਿਹੜਾ ਕਿ ਬਹੁਤ ਵੱਡਾ ਗ੍ਰਹਿ ਹੈ ਸੋ ਇਸ ਇਸ ਪ੍ਰਕਾਰ ਜਿਹੜਾ ਹੈਗਾ ਸਾਡੀ ਗੈਲੈਕਸੀ ਵੀ ਕਈ ਵਾਰ ਜਿਹੜੀ ਉਹ ਛੋਟੀ ਜੀ ਦਿਖਦੀ ਹੈ ਤੇ ਕਈ ਵਾਰ ਦਿਖਦੀ ਨਹੀਂ ਤੇ ਇੱਕ ਵਾਰੀ ਮੈਂ ਇੱਥੇ ਡੇਵਡ ਅਨਲਪ ਯੂਨੀਵਰਸ ਆਪਣਾ ਕੀ ਹੈ ਅਬਜ਼ਰਵਟਰੀ ਹੈ ਜਿਹੜੀ ਹੈ ਉੱਥੇ ਗਿਆ ਸੀ ਤੇ ਉੱਥੇ ਜਾ ਕੇ ਮੈਂ ਦੂਸਰੀ ਗੈਲੈਕਸੀ ਦੇਖੀ ਐਂਡਰੋਮੇਡਾ ਗੈਲੈਕਸੀ ਤੋਂ ਬਿਲਕੁਲ ਛੋਟੀ ਜੀ ਜਾਪਦੀ ਸੀ ਹਾਲਾਂਕਿਉਂ ਸਾਡੀ ਗੈਲੈਕਸੀ ਤੋਂ ਵੀ ਵੱਡੀ ਹੈ ਡੇਢ ਗੁਣਾ ਵੱਡੀ ਹੈ ਇਸ ਤੋਂ ਸੋ ਇਸ ਪ੍ਰਕਾਰ ਦੋਸਤੋ ਸਾਨੂੰ ਜਿਹੜਾ ਹੈਗਾ ਹੰਕਾਰ ਨਹੀਂ ਕਰਨਾ ਚਾਹੀਦਾ ਸਾਨੂੰ ਮਤਲਬ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਬਹੁਤ ਵੱਡਾ ਬਣ ਗਿਆ ਤੇ ਅੰਤ ਨੂੰ ਦੋਸਤੋ ਅੱਪ ਗੱਲ ਕਰ ਰਹੇ ਸੀ ਕਿ ਬਿਗ ਬਿਗ ਕਰੰਚ ਦੀ ਤੇ ਜਦੋਂ ਜਿਹੜਾ ਯੂਨੀਵਰਸ ਹੈ ਉਹ ਸੰਗੜਨਾ ਸ਼ੁਰੂ ਹੁੰਦਾ ਹੈ ਤਾਂ ਫਿਰ ਬਹੁਤ ਸਾਰੀਆਂ ਤਬਦੀਲੀਆਂ ਵਾਪਰਦੀਆਂ ਨੇ ਬਹੁਤ ਸਾਰੀਆਂ ਤਬਦੀਲੀਆਂ ਵਾਪਰਦੀਆਂ ਨੇ ਤੇ ਸਾਰਾ ਕੋਸ਼ਾ ਜਿਹੜਾ ਹੋ ਨਾਸ਼ ਹੋ ਜਾਂਦਾ ਹੈ ਤੇ ਜੇ ਆਪਾਂ ਆਪਣੀ ਧਰਤੀ ਦੀ ਗੱਲ ਕਰੀਏ ਸੋ ਪਹਿਲਾਂ ਇੱਕ ਜਿਵੇਂ ਕਹਿੰਦੇ ਨੇ ਕਿ ਅੱਗ ਦਾ ਗੋਲਾ ਸੀ ਅੱਗ ਦਾ ਗੋਲਾ ਸੀ ਤੇ ਹੌਲੀ-ਹੌਲੀ ਗੈਸਾਂ ਠੰਡੀਆਂ ਹੋਈਆਂ ਤਾਂ ਜਿਹੜੇ ਦੂਸਰੇ ਗ੍ਰਹਿ ਨੇ ਮਤਲਬ ਤਾਰੇ ਨੇ ਉਹਦੇ ਕੋਲ ਚੀਂ ਕਿਉਂ ਕਿ ਉਹਨਾਂ ਦਾ ਝਗੜਾ ਗ੍ਰਹਿ ਪੰਧ ਹੈ ਕਈ ਵਾਰ ਉਹ ਧਰਤੀ ਦੇ ਨੇੜੇ ਚੋਂ ਹੁੰਦਾ ਹੈ ਤੇ ਬਹੁਤ ਸਾਰੇ ਜਿਹੜੇ ਉਲਕਾ ਪਿੰਡ ਨੇ ਸਾਡੀ ਧਰਤੀ ਦੇ ਆਲ ਦੁਆਲੇ ਘੁੰਮ ਰਹੇ ਨੇ ਤਾਂ ਆਪਾਂ ਅੱਗੇ ਚੱਲ ਕੇ ਇਹਨਾਂ ਦੀਆਂ ਵੀ ਗੱਲਾਂ ਬਾਤਾਂ ਕਰਾਂਗੇ ਉਹ ਜਿਹੜੇ ਉਲਕਾ ਪਿੰਡ ਨੇ ਉਹ ਧਰਤੀ ਤੇ ਡਿੱਗਦੇ ਰਹਿੰਦੇ ਨੇ ਤਾਂ ਉਹ ਕਿਹੜੇ ਗ੍ਰਹਿ ਦਾ ਹਿੱਸਾ ਨੇ ਤੇ ਕਿਵੇਂ ਉਹ ਉੱਥੇ ਆ ਕੇ ਘੁੰਮਦੇ ਨੇ ਮਤਲਬ ਉਸ ਜ਼ੋਨ ਚ ਕਿਵੇਂ ਆਏ ਸਾਨੂੰ ਨਹੀਂ ਪਤਾ ਲੇਕਿਨ ਉਹ ਆਪਣੇ ਨਾਲ ਬਹੁਤ ਸਾਰਾ ਬੈਕਟੀਰੀਆ ਤੇ ਪਾਣੀ ਜਿਹੜਾ ਹੈਗਾ ਜਿੱਦਾਂ ਉਹ ਉਹਨਾਂ ਤੇ ਉੱਪਰ برف ਜੰਮੀ ਹੁੰਦੀ ਆ ਉਹ ਲੈ ਕੇ ਆਏ ਜਾਂ ਜਦੋਂ ਧਰਤੀ ਜਿਹੜੀ ਠੰਡੀ ਹੋਈ ਕੋਈ ਟੈਂਪਰੇਚਰ ਥੋੜਾ ਜਿਆਦਾ ਡਾਊਨ ਆਇਆ ਤਾਂ ਇੱਥੋਂ ਜਿਹੜੀਆਂ ਗੈਸਾਂ ਸੀ ਉੱਠਦੀਆਂ ਰਹੇ ਆ ਗੈਸਾਂ ਜਿਹੜੀਆਂ ਉੱਠ ਕੇ ਜਿਹੜੇ ਲੋ ਟੈਂਪਰੇਚਰ ਤੇ ਗਈਆਂ ਤਾਂ ਉਥੇ ਮੀਂਹ ਵਰਨੇ ਸ਼ੁਰੂ ਹੋਏ ਮੀਂਹ ਮਰਨ ਤੋਂ ਬਾਅਦ ਜਿਹੜਾ ਇੱਥੇ ਪਾਣੀ ਇਕੱਠਾ ਸ਼ੁਰੂ ਹੋਇਆ ਤਾਂ ਪਾਣੀ ਦੇ ਵਿੱਚ ਉਲੀਆਂ ਬੈਕਟੀਰੀਆ ਬਣਿਆ ਸੋ ਇਹ ਲੰਬੀ ਚੌੜੀ ਕਹਾਣੀ ਹੈ ਸੋ ਜਿਹੜੀ ਤੁਹਾਨੂੰ ਸਾਰਾ ਪਤਾ ਹੈ ਕਿ ਹਿਊਮਨ ਜਿਹੜੀ ਐਵੋਲੂਸ਼ਨ ਹੈ ਉਹ ਕਿਸ ਤਰ੍ਹਾਂ ਆਇਆ ਕਿਸ ਤਰ੍ਹਾਂ ਜਿਹੜਾ ਸਾਡਾ ਅੱਜ ਦਾ ਮਨੁੱਖ ਹੈ ਅਸੀਂ ਕਿਵੇਂ ਬੱਖੋ-ਵਖਰੇ ਜੀਵ ਜੰਤੂਆਂ ਮੱਛੂ ਮੱਛੀਆਂ ਡੱਡੂ ਕਛੂਕ ਮੇ ਜਾਂ ਉਹਨਾਂ ਚੋਂ ਹੁੰਦੇ ਹੋਏ ਪਹਿਲਾਂ ਪਾਣੀ ਵਾਲੇ ਜੀਵ ਫਿਰ ਰਿੰਗਣ ਵਾਲੇ ਜੀਵ ਤੇ ਕਿਵੇਂ ਅਸੀਂ ਮਨੁੱਖ ਤੱਕ ਪਹੁੰਚੇ ਸੋ ਤੁਸੀਂ ਦੋਸਤੋ ਕਦੇ ਇਹਨਾਂ ਗੱਲਾਂ ਬਾਰੇ ਸੋਚਦੇ ਹੋ ਕਿ ਅਸੀਂ ਇਸ ਧਰਤੀ ਦੇ ਉੱਪਰ ਕਿਵੇਂ ਮਨੁੱਖ ਦਾ ਜਨਮ ਹੋਇਆ ਤੇ ਮਨੁੱਖ ਇੱਥੇ ਕਿੰਨਾ ਚਿਰ ਰਹੇਗਾ ਤੇ ਫਿਰ ਇਸ ਧਰਤੀ ਦਾ ਕੀ ਬਣੇਗਾ ਅ ਸੋ ਕਹਿੰਦੇ ਨੇ ਕਿ ਇੱਕ ਦਿਨ ਜਿਹੜਾ ਸੂਰਜ ਹੈ ਉਹ ਵੀ ਕੋਈ ਕੋਕਾ ਸੂਰਜ ਆਪਣੀ ਅੱਧੀ ਉਮਰ ਭੋਗ ਚੁੱਕਿਆ ਤੇ ਸੂਰਜ ਹੈ ਜਿਹੜਾ ਇੱਕ ਦਿਨ ਮਰ ਜਾਵੇਗਾ ਮਰ ਜਾਵੇਗਾ ਇਹਦੇ ਕੋਲ ਇੰਨਾ ਮਾਸ ਨਹੀਂ ਇਹਦੇ ਕੋਲ ਇੰਨੀ ਤਾਕਤ ਨਹੀਂ ਕਿ ਇਹ ਆਪਣੇ ਆਪ ਨੂੰ ਕੋ ਬਲੈਕ ਹੋਲ ਦੇ ਵਿੱਚ ਬਦਲ ਸਕੇ ਜਾਂ ਇਹ ਮਤਲਬ ਕਿ ਕੋਈ ਸੂਰਜ ਸਾਡਾ ਇੱਕ ਛੋਟਾ ਜਿਹਾ ਤਾਰਾ ਹੈ ਤੇ ਇਹ ਫਿਰ ਕੀ ਹੋਵੇਗਾ ਕਿ ਹਜੇ ਇਹ ਜਿਹੜੇ ਛੋਟੇ ਜਿਹੇ ਤਾਰੇ ਨੇ ਤੇ ਇਹ ਰੈਡ ਜਾਇੰਟਸ ਦੇ ਵਿੱਚ ਬਦਲ ਜਾਂਦੇ ਨੇ ਲਾਲ ਰੰਗ ਦੇ ਦਾਨਵ ਤੇ ਫਿਰ ਇਹ ਫੈਲਣਾ ਸ਼ੁਰੂ ਕਰ ਦੇਗਾ ਐਕਚੁਅਲੀ ਇਹਦੀ ਮੌਤ ਆ ਜਿਹੜੀ ਸ਼ੁਰੂ ਹੋ ਚੁੱਕੀ ਹੈ ਕਿ ਕੱਦੀ ਉਮਰ ਤੋਂ ਲੰਘ ਚੁੱਕਿਆ ਤੇ ਇਹਦੇ ਵਿੱਚ ਜਿਹੜੇ ਕਾਲੇ ਬਲੈਕ ਸਪੌਟ ਨੇ ਉਹ ਬਣ ਚੁੱਕੇ ਨੇ ਉਹ ਬਲੈਕ ਸਪੌਟ ਨੇ ਜਿਹੜੇ ਉਸੇ ਤਰ੍ਹਾਂ ਨੇ ਇੱਕ ਮਨੁੱਖ ਜਦੋਂ ਉਮਰ ਲੰਘ ਜਾਂਦਾ ਤੇ ਉਸ ਨੂੰ ਕਈ ਕਿਸਮ ਦੀਆਂ ਜਿਹੜੀਆਂ ਬਿਮਾਰੀਆਂ ਨੇ ਚੰਬੜ ਜਾਂਦੀਆਂ ਨੇ ਤੋਂ ਦੇ ਨਾਲ ਜਿਹੜਾ ਦਾ ਟੈਂਪਰੇਚਰ ਆ ਉਹ ਵੀ ਘਟਦਾ ਜਾਵੇਗਾ ਟੈਂਪਰੇਚਰ ਘਟਣ ਨਾਲ ਕਈ ਕਿਸਮ ਦੀਆਂ ਜਿਹੜੀਆਂ ਉਥੇ ਤਬਦੀਲੀਆਂ ਆਉਣਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੱਡੇ ਵੱਡੇ ਕੀ ਕਹਿੰਦੇ ਨੇ ਸੋਲਰ ਸਟਾਰਮ ਨੇ ਉਹ ਵੀ ਆ ਸਕਦੇ ਨੇ ਤੇ ਜਿਹੜੇ ਸੋਲਰ ਸਟਾਰਮ ਨੇ ਅਗਰ ਉਹ ਆਉਂਦੇ ਨੇ ਤੇ ਕਈ ਵਾਰ ਉਹਨਾਂ ਦੀਆਂ ਜਿਹੜੀਆਂ ਲਫਟਾਂ ਨੇ ਅੱਗ ਦੀਆਂ ਲਫਟਾਂ ਉਹ ਹਜ਼ਾਰਾਂ ਕਿਲੋਮੀਟਰ ਲੰਬੀਆਂ ਹੁੰਦੀਆਂ ਰਹੀਆਂ ਠੀਕ ਹੈ ਤੇ ਉਹ ਜਿਹੜਾ ਹੈਗਾ ਧਰਤੀ ਤੱਕ ਵੀ ਪਹੁੰਚ ਸਕਦੀਆਂ ਨੇ ਤੇ ਜੇ ਹੁਣ ਉਹ ਧਰਤੀ ਦੇ ਐਟਮੋਸਫੀਅਰ ਨੂੰ ਛੂੰਹਦੀਆਂ ਨੇ ਤਾਂ ਜਿਹੜਾ ਸਾਡਾ ਕਮਿਊਨੀਕੇਸ਼ਨ ਸਿਸਟਮ ਹੈ ਉਹ ਤਬਾਹ ਹੋ ਸਕਦਾ ਸਾਡੇ ਜਿਹੜੇ ਥਰਮਲ ਪਲਾਂਟ ਨੇ ਉਹ ਤਬਾਹ ਹੋ ਸਕਦੇ ਨੇ ਤੇ ਜੇ ਕਮਿਊਨੀਕੇਸ਼ਨ ਸਿਸਟਮ ਜਿਹੜਾ ਤਬਾਹ ਹੁੰਦਾ ਸਾਡੇ ਜਿਹੜੇ ਟੈਲੀਫੋਨ ਸਾਡਾ ਜਿਹੜਾ ਟੈਲੀਵਿਜ਼ਨ ਸਾਡਾ ਜਿਹੜਾ ਫਲਾਈਟਾਂ ਦੇ ਵਿੱਚ ਜਿਹੜੀ ਕਮਿਊਨੀ ਕੀ ਕਹੇ ਨੇਵੀਗੇਸ਼ਨ ਹੈ ਉਹ ਸਾਰੀ ਜਿਹੜੀ ਤਬਾਹ ਹੋ ਸਕਦੀ ਹੈ ਸੋ ਇਹ ਕਈ ਗੱਲਾਂ ਨੇ ਜਿਹੜੀਆਂ ਸੋਚਣੀਆਂ ਬਣਦੀਆਂ ਨੇ ਕਿ ਆਖਰ ਮਨੁੱਖ ਹੈ ਕੀ ਤੇ ਉਹਦੀ ਹੋਂਦ ਕੀ ਹੈ ਏਡੇ ਵੱਡੇ ਯੂਨੀਵਰਸ ਦੇ ਵਿੱਚ ਤੇ ਤੁਸੀਂ ਮੈਨੂੰ ਦੱਸਿਓ ਕਿ ਤੁਸੀਂ ਕਦੇਆਂ ਇਹ ਚੀਜ਼ਾਂ ਬਾਰੇ ਸੋਚਿਆ ਸੋ ਮੈਂ ਇਹ ਗੱਲ ਇਸ ਲਈ ਸ਼ੁਰੂ ਕੀਤੀ ਹੈ ਇਹ ਪੌਡਕਾਸਟ ਤੇ ਕਿਉਂਕਿ ਮੇਰਾ ਖਿਆਲ ਹੈ ਕਿ ਸਾਨੂੰ ਇਸ ਤਰ੍ਹਾਂ ਦੀ ਡਿਸਕਸ਼ਨ ਹੈ ਜਿਹੜੀ ਉਹ ਕਰਨੀ ਚਾਹੀਦੀ ਹੈ ਸੋ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਹਾਲਾਂਕਿ ਗੁਰਮਾਨੀ ਦੇ ਵਿੱਚ ਵੀ ਭਾਵੇਂ ਕਾਫੀ ਕੁਝ ਲਿਖਿਆ ਹੈ ਪਰ ਉਹ ਤੋਂ ਪਹਿਲਾਂ ਜਿਹੜੇ ਵੀਦ ਸੀ ਉਹਨਾਂ ਦੇ ਵਿੱਚ ਵੀ ਕਾਫੀ ਕੁਝ ਲਿਖਿਆ ਗਿਆ ਤੇ ਜੇ ਆਪਾਂ ਗ੍ਰੀਸ ਦੇ ਫਿਲਾਸਫਰਾਂ ਦੀ ਗੱਲ ਕਰੀਏ ਉਹ 600 ਪੂਰਬੀ ਈਸਵਰੀ ਮਤਲਬ ਜਦੋਂ ਜਦੋਂ ਸਨ ਈਸਵੀ ਸ਼ੁਰੂ ਹੈ ਉਦੋਂ ਵੀ 600 ਸਾਲ ਪਹਿਲਾਂ ਉਹਨਾਂ ਨੇ ਬੜੀਆਂ ਬੜੀਆਂ ਹੀ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਤਾਂ ਉਹ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਚੱਲ ਕੇ ਗੱਲ ਕਰਾਂਗੇ ਸੋ ਇਹ ਜਿਹੜਾ ਇੱਕ ਪਹੇਲੀ ਹੈ ਜਿਸ ਨੂੰ ਸਮਝਣਾ ਬੜਾ ਮੁਸ਼ਕਲ ਹੈ ਤੇ ਜਿਵੇਂ ਹੈ ਕਿ ਵੀ ਜੇ ਜਿੱਥੇ ਯੂਨੀਵਰਸ ਖਤਮ ਹੁੰਦਾ ਜਿੱਥੇ ਤੱਕੋ ਕਹਿੰਦੇ ਨੇ ਸੋ ਫਿਰ ਉਸ ਤੋਂ ਅੱਗੇ ਕੀ ਹੈ ਤਾਂ ਉਸ ਤੋਂ ਅੱਗੇ ਕੀ ਕੋਈ ਖਾਲੀ ਜਗ੍ਹਾ ਹੈ ਤਾਂ ਉਹ ਜਿਹੜੀ ਖਾਲੀ ਜਗ੍ਹਾ ਹੈ ਕਿੱਥੇ ਤੱਕ ਹੈ ਤੇ ਫਿਰ ਉਸ ਤੋਂ ਅੱਗੇ ਕੀ ਹੈ ਤੇ ਮਨੁੱਖ ਦੀ ਉਮਰ ਬਹੁਤ ਛੋਟੀ ਹੈ ਸੋ ਮਨੁੱਖੇ ਨਾਲ ਚੀਜ਼ਾਂ ਨੂੰ ਜਾਣ ਨਹੀਂ ਸਕਦਾ ਅ ਤੇ ਇਹ ਤੁਸੀਂ ਮੈਨੂੰ ਦੱਸਣਾ ਹੈ ਕਿ ਜਦੋਂ ਯੂਨੀਵਰਸ ਹੋਂਦ ਵਿੱਚ ਨਹੀਂ ਆਇਆ ਸੀ ਜਦੋਂ ਜਿਹੜੀ એનર્ਜੀ ਹੈ ਉਹ ਇਕੱਠੀ ਹੋ ਗਈ ਸੀ ਇੱਕ ਮਟਰ ਦੇ ਦਾਣੇ ਤੇ ਤੇ ਜਿਹਦਾ ਤਾਪ ਮਾਨ ਮੈਂ ਤੁਹਾਨੂੰ ਦੱਸਿਆ ਕਿ ਘਣਤਾ ਬਹੁਤ ਜ਼ਿਆਦਾ ਸੀ ਸੋ ਉਸ ਦਾ ਬਿਆਨ ਹੈ ਜਿਹੜਾ ਗੁਰੂ ਨਾਨਕ ਸਾਹਿਬ ਵੀ ਕਰਦੇ ਨੇ ਕਿ ਅਰਬੁਦ ਅਰਬੁਦ ਧੁੰਦੂਕਾਰਾ ਠੀਕ ਹੈ ਤੁਸੀਂ ਸੁਣਿਆ ਹੀ ਸਾਰਿਆਂ ਨੇ ਤੇ ਉਸ ਵਕਤ ਨਾ ਕੋਈ ਰੋਸ਼ਨੀ ਸੀ ਨਾ ਕੋਈ ਹਵਾ ਸੀ ਨਾ ਵਕਤ ਸੀਗਾ ਕੁਝ ਵੀ ਨਹੀਂ ਸੀ ਹਨੇਰ ਫਸਰਿਆ ਹੋਇਆ ਸੀ ਤਾਂ ਹਨੇਰ ਦੇ ਵਿੱਚ ਤੇ ਇੱਕ ਉਹ ਨਿੱਕਾ ਜਿਹਾ ਬੀਜ ਸੀ ਜਿਹੜਾ ਬ੍ਰਹਿਮੰਡ ਦਾ ਬੀਜ ਸੀ ਤੇ ਉਹ ਸੀ ਤੇ ਜਿਹਦੇ ਫਟਣ ਨਾਲ ਜਿਹੜਾ ਫੇਰ ਆ ਯੂਨੀਵਰਸ ਦੀ ਸ਼ੁਰੂਆਤ ਹੋਈ ਤੇ ਆਪਾਂ ਦੇ ਦੋਸਤੋ ਤੇ ਚੈਨਲ ਦੇ ਵਿੱਚ ਇਹਦਾ ਚੈਨਲ ਦਾ ਆਪਾਂ ਨਾਮ ਰੱਖਿਆ ਹੈ ਆਤਮ ਤੋਂ ਅਨੰਤ ਜਾਂ ਕਹਿ ਲੋ ਗਿਆਨ ਤੇ ਇਹਦੇ ਵਿੱਚ ਆਪਾਂ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਡਿਸਕਸ ਕਰਿਆ ਕਰਾਂਗੇ ਅਸੀਂ ਜਿਹੜੇ ਲੋਕ ਗਿਆਨ ਨੂੰ ਜਾਂ ਗਿਆਨਕ ਡਿਸਕਸ਼ਨ ਦੇ ਵਿੱਚ ਦਿਲਚਸਪੀ ਲੈਂਦੇ ਨੇ ਤਾਂ ਉਹ ਇਸ ਚੈਨਲ ਨਾਲ ਜ਼ਰੂਰ ਜੁੜਨ। ਸੋ ਉਮੀਦ ਆ ਕਿ ਇਹ ਛੋਟੀ ਜਿਹੀ ਗੱਲ ਤੁਹਾਨੂੰ ਚੰਗੀ ਲੱਗੀ ਹੋਵੇਗੀ। ਸੋ ਮੇਜਰ ਮੰਕ ਨੂੰ ਇੱਥੇ ਹੀ ਦਿਓ ਆਗਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ। ਸਤਿ ਸ੍ਰੀ ਅਕਾਲ।